ਇਹ ਉਹ ਤਸਵੀਰ ਹੈ ਜਿਸ ਦਾ ਇੰਤਜ਼ਾਰ ਇੱਕ ਵਾਰ ਫਿਰ ਪੂਰੇ ਦੇਸ਼ ਨੂੰ ਹੈ। ਤਸਵੀਰ ਵਿੱਚ ਵਿਖਾਈ ਦੇ ਰਿਹਾ ਇਹ ਬੱਚਾ ਪ੍ਰਿੰਸ ਹੈ, ਉਹ ਪ੍ਰਿੰਸ ਜੋ 13 ਸਾਲ ਪਹਿਲਾਂ ਫਤਿਹ ਵੀਰ ਵਾਂਗ ਹੀ ਬੋਰਵੈਲ ਵਿੱਚ ਡਿੱਗ ਗਿਆ ਸੀ। ਪ੍ਰਿੰਸ ਲਈ ਵੀ ਪੂਰੇ ਦੇਸ਼ ਨੇ ਦੁਆਵਾਂ ਕੀਤੀਆਂ ਸਨ। ਦੇਸ਼ ਦੀ ਆਰਮੀ ਪ੍ਰਿੰਸ ਨੂੰ ਬਚਾਉਣ ਲਈ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਹਲਦੇਹੜੀ ਵਿੱਚ ਪਹੁੰਚ ਗਈ ਸੀ। ਪ੍ਰਿੰਸ ਨੂੰ ਬਚਾਉਣ ਲਈ 50 ਘੰਟਿਆਂ ਤੱਕ ਰੈਸਕਿਊ ਆਪਰੇਸ਼ਨ ਚੱਲਿਆ ਤੇ ਫਿਰ ਜਦੋਂ ਫੌਜੀ ਦੇ ਹੱਥਾਂ ਵਿੱਚ ਪ੍ਰਿੰਸ ਆਇਆ ਤਾਂ ਹਰ ਕੋਈ ਖੁਸ਼ ਸੀ। ਇਸ ਵਾਰ ਇਸ ਬੱਚੇ ਦੀ ਥਾਂ ਲੈ ਲਈ ਹੈ ਫਤਿਹਵੀਰ ਨੇ, ਜੋ ਬੋਰਵੈਲ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਪ੍ਰਿੰਸ ਦੇ ਮਾਮਲੇ ਵਾਂਗ ਹੀ ਫੌਜ NDRF ਉੱਥੇ ਮੌਜੂਦ ਹੈ। ਫਤਿਹਵੀਰ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਿੰਸ ਦੇ ਮਾਮਲੇ ਵਾਂਗ ਹੀ ਮਿੱਟੀ ਦੀ ਖੁਦਾਈ ਕੀਤੀ ਜਾ ਰਹੀ ਹੈ। ਪ੍ਰਿੰਸ ਦੇ ਮਾਮਲੇ ਤੇ ਫਤਿਹਵੀਰ ਦੇ ਮਾਮਲੇ ਵਿੱਚ ਬਹੁਤ ਫਰਕ ਹੈ। ਪ੍ਰਿੰਸ 60 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਿਆ ਸੀ, ਉਧਰ ਫਤਿਹਵੀਰ 150 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਾ ਹੈ, ਜਿੱਥੇ ਉਹ 120 ਫੁੱਟ ਤੇ ਅਟਕਿਆ ਹੈ। ਘਟਨਾ ਦੇ ਸਮੇਂ ਪ੍ਰਿੰਸ 5 ਸਾਲਾਂ ਦਾ ਸੀ, ਫਤਿਹਵੀਰ ਮਹਿਜ਼ 2 ਸਾਲ ਦਾ ਹੈ। ਬੋਰਵੈਲ ਵਿੱਚ ਉਸ ਨੂੰ ਖਾਣ ਪੀਣ ਲਈ ਦਿੱਤਾ ਜਾ ਰਿਹਾ ਸੀ। ਛੋਟੀ ਉਮਰ ਹੋਣ ਕਾਰਨ ਫਤਿਹਵੀਰ ਨੂੰ ਕੁਝ ਖਾਣ ਲਈ ਨਹੀਂ ਦਿੱਤਾ ਗਿਆ। ਪ੍ਰਿੰਸ ਵਾਲੇ ਬੋਰ ਵਿੱਚ ਬੈਠਣ ਦੀ ਥਾਂ ਸੀ, ਇਹ ਬੋਰ ਸਿਰਫ 9 ਇੰਚ ਚੌੜਾ ਹੈ। ਇਹਨਾਂ ਦੋਹਾਂ ਘਟਨਾਵਾਂ ਵਿੱਚ ਇੱਕ ਹੋਰ ਫਰਕ ਹੈ, ਉਹ ਹੈ 13 ਸਾਲਾਂ ਦਾ, ਜਿਸ ਦੌਰਾਨ ਸਭ ਕੁਝ ਬਦਲ ਚੁੱਕਾ ਹੈ। ਪਰ ਕੁਝ ਨਹੀਂ ਬਦਲਿਆ ਤਾਂ ਬੋਰਵੈਲ 'ਚ ਡਿੱਗੇ ਬੱਚਿਆਂ ਨੂੰ ਬਚਾਉਣ ਦਾ ਤਰੀਕਾ, ਯਾਨੀ ਕਿ 13 ਸਾਲ ਵਿੱਚ ਵੀ ਇਸ ਲਈ ਕੋਈ ਤਕਨੀਕ ਨਹੀਂ ਲੱਭੀ ਗਈ। NDRF ਦੇ ਅੰਕੜਿਆਂ ਮੁਤਾਬਿਕ ਸਾਲ 2014 ਵਿੱਚ ਕਰੀਬ 50 ਬੱਚੇ ਬੋਰ ਵਿੱਚ ਡਿੱਗਣ ਕਾਰਨ ਮਰੇ ਸੀ। ਅਜਿਹੀਆਂ ਘਟਨਾਵਾਂ ਹਰ ਸਾਲ ਸਾਹਮਣੇ ਆਉਂਦੀਆਂ ਨੇ, ਪਰ